ਅੰਮ੍ਰਿਤਸਰ ਦੇ ਫੋਕਲ ਪੁਆਇੰਟ ਦੀਆਂ ਤਸਵੀਰਾਂ ਹਨ ਜਿੱਥੇ ਕਿ ਅੱਜ ਭਿਆਨਕ ਅੱਗ ਲੱਗ ਗਈ, ਜਿਨ੍ਹਾਂ ਨੂੰ ਬੁਝਾਉਣ ਦੇ ਲਈ ਅੱਜ ਕਰੀਬ 20 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਅਤੇ ਬਾਅਦ ਵਿੱਚ ਅੱਗ 'ਤੇ ਕਾਬੂ ਪਾਇਆ ਗਿਆ। ਘਟਨਾ ਸਵੇਰੇ 3:30 ਵਜੇ ਦੀ ਹੈ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ, ਪਰ ਮਾਲੀ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸਾਰੇ ਮਾਮਲੇ ਸੰਬੰਧੀ ਫਾਇਰ ਬ੍ਰਿਗੇਡ ਦੇ ਮੌਜੂਦਾ ਅਫਸਰ ਨੇ ਜਾਣਕਾਰੀ ਦਿੱਤੀ। ਸਰ ਆਪਣਾ ਕੀ ਨਾਮ ਤੁਹਾਡਾ? ਮੇਰਾ ਜੀ ਬਲਦੀਪ ਸਿੰਘ ਨਾਮ ਹੈ। ਸਰ ਅੱਜ ਕਿਹੜੀ ਜਗ੍ਹਾ 'ਤੇ ਅੱਗ ਲੱਗੀ ਅਤੇ ਕੀ? ਫੋਕਲ ਪੁਆਇੰਟ ਥਾਣੇ ਦੇ ਸਾਹਮਣੇ ਲੱਗੀ ਅੱਗ ਜੀ। ਅਤੇ ਸਵੇਰੇ 3:35 'ਤੇ ਸਲਾਹ ਮਿਲੀ, ਨਾਲ ਹੀ ਫੋਕਲ ਪੁਆਇੰਟ ਫਾਇਰ ਸਟੇਸ਼ਨ, ਸੇਵਾ ਸਮਿਤੀ, ਸਾਰੇ ਹੀ ਸ਼ਹਿਰ ਦੇ ਸਟੇਸ਼ਨ ਕੱਢ ਤੇ। ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਅੱਗ ਗਈ ਅਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੰਗਾ ਕੇ ਅਤੇ ਪੈਟਰੋਲ ਕੀਤਾ, ਅਜੇ ਵੀ ਚੱਲ ਰਿਹਾ ਵਾ। ਕਿੰਨੀਆਂ ਗੱਡੀਆਂ ਸਰ ਪਾਣੀ 'ਚ ਲੱਗ ਚੁੱਕੀਆਂ ਹੁਣ ਤੱਕ? 20 ਗੱਡੀਆਂ ਲੱਗ ਗਈਆਂ ਜੀ। ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਪਾਇਆ? ਅਜੇ ਕੁਛ ਪਤਾ ਨਹੀਂ ਜੀ। ਕਿਆ ਇਹ ਜਾਂਚ ਹੋਏਗੀ ਇਸ ਚੀਜ਼ ਦੀ ਕਿ ਫੈਕਟਰੀ ਦੇ ਵਿੱਚ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ? ਸਾਰੇ ਸਾਡੇ ਅਫਸਰ ਸਮਾਨ ਆਏ ਆ, ਇਹਦੇ ਹੁਣ ਬਾਅਦ 'ਚ ਪਤਾ ਲੱਗੂ, ਗੱਲ ਤਾਂ ਕਰਨਗੇ ਜੀ। ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ? ਨਹੀਂ ਜੀ, ਮਾਲੀ ਤਾਂ ਚਲੋ ਹੋਣਾ ਜੀ, ਜਾਨੀ ਕੋਈ ਨੁਕਸਾਨ। ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮਾਹੌਲ, ਡਰ ਦਾ ਮਾਹੌਲ ਬਣਿਆ, ਕੀ ਕਹਿਣਾ ਚਾਹੋਗੇ? ਧੂੰਆਂ ਬਹੁਤ ਜ਼ਿਆਦਾ, ਅੱਗ ਬਹੁਤ ਜ਼ਿਆਦਾ, ਸਹਿਮ ਦਾ ਮਾਹੌਲ ਬਣ ਹੀ ਜਾਂਦਾ, ਪਰ ਹੁਣ ਕੰਟਰੋਲ ਹੈ ਜੀ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।